ਤੇ ਉਧਰ ਨਿਊਜ਼ੀਲੈਂਡ ਦੀ ਸਰਕਾਰ ਵਿਦੇਸ਼ੀ ਨਾਗਰਿਕਾਂ ਦੇ ਘਰ ਖਰੀਦਣ ਤੇ ਰੋਕ ਲਗਾਉਣ ਜਾ ਰਹੀ ਹੈ। ਇਸ ਕਦਮ ਦੇ ਜ਼ਰੀਏ ਸਰਕਾਰ ਦੂਜੇ ਦੇਸ਼ਾਂ ਦੇ ਸੱਟੇਬਾਜ਼ਾਂ ਤੇ ਰੋਕ ਲਗਾਉਣ ਦਾ ਆਪਣਾ ਵਾਅਦਾ ਪੂਰਾ ਕਰ ਰਹੀ ਹੈ, ਜਿਨ੍ਹਾਂ ਤੇ ਮਕਾਨਾਂ ਦੀਆਂ ਕੀਮਤਾਂ ਵਧਾਉਣ ਦਾ ਦੋਸ਼ ਹੈ। ਵਿਦੇਸ਼ੀ ਖਰੀਦਗਾਰਾਂ ਦੀ ਸੀਮਾ ਤੈਅ ਕਰਨ ਵਾਲੇ ਓਵਰਸੀਜ਼ ਇਨਵੈਸਟਮੈਂਟ ਸੋਧ ਬਿੱਲ ਨੂੰ ਨਿਊਜ਼ੀਲੈਂਡ ਦੀ ਸੰਸਦ ਨੇ ਪਾਸ ਕਰ ਦਿੱਤਾ। ਹੁਣ ਗਵਰਨਰ ਜਨਰਲ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ ਤੇ ਅਗਲੇ 2 ਮਹੀਨੇ ਦੇ ਅੰਦਰ ਪਾਬੰਦੀ ਲਾਗੂ ਹੋ ਜਾਵੇਗੀ। ਤੇ ਬਲੂਮਬਰਗ ਮੁਤਾਬਕ ਨਿਊਜ਼ੀਲੈਂਡ ਦੇ ਵਿੱਤ ਮੰਤਰੀ ਡੇਵਿਡ ਪਾਰਕਰ ਨੇ ਕਿਹਾ ਕਿ ਇਸ ਸਰਕਾਰ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਵਾਸੀਆਂ ਨੂੰ ਵਿਦੇਸ਼ੀ ਖਰੀਦਦਾਰਾਂ ਤੋਂ ਹਾਰ ਨਾ ਮਿਲੇ। ਤੁਹਾਨੂੰ ਦੱਸ ਦਈਏ ਕਿ PM ਜੇਸਿੰਡਾ ਆਰਡਰਨ ਨੇ ਬੀਤੇ ਸਾਲ ਆਪਣੀ ਚੋਣ ਮੁਹਿੰਮ ਵਿੱਚ ਵਿਦੇਸ਼ੀ ਖਰੀਦਦਾਰਾਂ ਖਿਲਾਫ਼ ਪ੍ਰਚਾਰ ਕੀਤਾ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਖਰੀਦਦਾਰਾਂ ਨੇ ਮਕਾਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਤੇ ਕੀਵੀਜ਼ ਲਈ ਘਰ ਖਰੀਦਣਾ ਮੁਸ਼ਕਿਲ ਹੋ ਰਿਹਾ। ਬੀਤੇ 1 ਦਹਾਕੇ ਵਿੱਚ ਮਕਾਨਾਂ ਦੀਆਂ ਕੀਮਤਾਂ ਵਿੱਚ 60% ਵਾਧਾ ਹੋਇਆ। ਨਵੇਂ ਕਾਨੂੰਨ ਵਿੱਚ ਰਿਹਾਇਸ਼ੀ ਜ਼ਮੀਨ ਨੂੰ ਸੰਵੇਦਨਸ਼ੀਲ ਕਰਾਰ ਕਰ ਦਿੱਤਾ ਗਿਆ, ਜਿਸ ਦਾ ਮਤਲਬ ਹੈ ਕਿ ਗੈਰ ਕਾਨੂੰਨੀ ਓਵਰਸੀਜ਼ ਇਨਵੈਸਟਮੈਂਟ ਆਫਿਸ ਦੀ ਮਨਜ਼ੂਰੀ ਮਿਲੇ ਬਗੈਰ ਜਾਇਦਾਦ ਨਹੀਂ ਖਰੀਦ ਸਕੋਗੇ। If you've got the right to live in New Zealand permanently, you've got the right to buy here. But otherwise it's not a right, it's a privilege. We believe it's the birthright of New Zealanders to buy homes in New Zealand in a market that is shaped by New Zealand buyers, not by international price pressures. This is a bill without principle. It is a bill to try and cynically blame foreigners, particularly those with Chinese-sounding names, for a government that has no other policy in which to actually improve and increase house ownership in New Zealand.